हेलो हाँ जी, सत श्री अकाल जी सारिआं नूं। होप करो सारे वधिया होवोंगे। अज दी वीडियो दा टाइटल तुसीं पढ़ ही लिया होणा वा, स्किप द डिशेस ते वीडियो बना रहा वा। मैं स्किप कीती आ, डोडैश कीती आ, उबर ईट्स ते साडे सिडनी नोवा स्कोशिया च है नहीं गी, इंस्टाकार्ट चलदी है इत्थे, ते सी वी ईट्स आ जिहड़ी इत्थों दी लोकल एक डिलीवरी कंपनी आ, उह डिलीवर करदी आ फूड। चलो बिना किसी डिले तो वीडियो शुरू करते हैं। जिवें कि इतने कैनेडा दे विच किसी भी कंट्री दे विच आप कोई भी जॉब करते हैं तो आप पार्ट टाइम जॉब लभदे हैं। मैं कहना जो डिलीवर करना फूड आ ये सारे नालों वधिया वा, क्योंकि तुसीं आपदी अवेलेबिलिटी दे सकते हो, ओपन शिफ्टां हुंदियां ने, तुसीं कदे भी चक सकते हो, जिवें कि स्किप द डिशेज़ दे विच ते वधिया सैकंड अर्निंग तुसीं इत्थों क्रिएट कर सकते हो अपनी। ते जे तुसीं देखो डोडैश स्किप द डिशेज सारियां जिन्नियां भी डिलीवरी कंपनियां ने, जिन्ने भी ये हैगियां ने एजेंसियां ने, कोई ज़्यादा डिफरेंस नहीं गा इन्हां दा डिफरेंस जरूर हो सकता पर ऑर्डर किन्ने देंदे आ। ये स्किप द डिशेज $6.5 देंदे आ, जबकि डोडैश दे जिहड़े आ $4 पर डिलीवरी हुंदी आ। अगेन डिस्टेंस ते डिपेंड करदा वा, जे डिस्टेंस ज़्यादा वा ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਟ੍ਰਾਂਜ਼ਿਟ ਪੇ ਮਿਲਦੀ ਆ। ਜਿੰਨੀਆਂ ਵੀ ਆ ਫੂਡ ਡਿਲੀਵਰੀ ਵਾਲੀਆਂ ਕੰਪਨੀਆਂ ਨੇ, ਜਿਵੇਂ ਹੋ ਗਿਆ ਡੋਰ ਡੈਸ਼ ਹੋ ਗਈ, ਸਕਿੱਪ ਦਾ ਡਿਸ਼ਿਜ਼ ਹੋ ਗਈ, ਉਬਰ ਈਟਸ ਹੋ ਗਈ, ਇਹ ਜਿਹੜੀਆਂ ਮੇਨ ਕੰਪਨੀਆਂ ਨੇ, ਇੰਸਟਾਕਾਰਟ ਹੋ ਗਿਆ ਅਤੇ ਸੀ ਬੀ ਈਟਸ ਜਿਵੇਂ ਚੱਲਦੀ ਜਾਂਦੇ, ਅਤੇ ਇਹ ਸਾਰੀਆਂ ਇੱਕ ਅਨਦਰ ਤੁਸੀਂ ਜੋਬ ਜਿਵੇਂ ਕਰਦੇ ਪਏ ਹੋ, ਮੰਨ ਲਓ ਤੁਸੀਂ ਫੁੱਲ ਟਾਈਮ ਕਿਤੇ ਜੋਬ ਕਰਦੇ ਪਏ ਹੋ, ਇਹ ਸੈਕਿੰਡ ਜੋਬ ਤੁਸੀਂ ਰੱਖ ਸਕਦੇ ਹੋ ਤੁਹਾਡੀ, ਤੁਸੀਂ ਆਪਣੀ ਅਵੇਲੇਬਿਲਿਟੀ ਦੇ ਸਕਦੇ ਹੋ, ਉਸ ਅਕੋਰਡਿੰਗ ਤੁਸੀਂ ਸ਼ਿਫਟਾਂ ਚੱਕ ਸਕਦੇ ਹੋ, ਕੰਮ ਕਰ ਸਕਦੇ ਹੋ। ਕਨਵੀਨੀਅੰਟ ਆ, ਕੋਈ ਤੁਹਾਡਾ ਬੋਸ ਨਹੀਂ ਗਾ, ਉੱਪਰ ਤੁਸੀਂ ਫੂਡ ਡਿਲੀਵਰ ਕਰਨੇ ਆ, ਸਰਟਨ ਟਾਈਮ ਆਫ ਪੀਰੀਅਡ ਵਿੱਚ ਜਿਹੜਾ ਤੁਹਾਨੂੰ ਮਿਲਿਆ ਵਾ ਉਹਦੇ ਅਕੋਰਡਿੰਗ ਤੁਹਾਨੂੰ ਪੈਸੇ ਮਿਲਦੇ ਨੇ, ਟਿਪਸ ਮਿਲਦੀਆਂ ਨੇ, ਤਾਂ ਕਾਫੀ ਬੈਨੀਫਿਸ਼ੀਅਲ ਆ ਜੇ ਬੰਦਾ ਕੋਈ ਸੈਕਿੰਡ ਜੋਬ ਕਰਨਾ ਚਾਹੁੰਦਾ ਵਾ ਆਪਣੀ ਸਾਈਡ ਬਾਈ ਸਾਈਡ ਕੋਈ ਹੋਰ ਫੁੱਲ ਟਾਈਮ ਜੋਬ ਦੇ ਨਾਲ ਜਾਂ ਪਾਰਟ ਟਾਈਮ ਜੋਬ ਦੇ ਨਾਲ। ਇਹ ਸਟਾਰਟ ਕਿਵੇਂ ਕਰਨਾ ਵਾ ਮੈਂ ਸਕਿੱਪ ਬਾਰੇ ਤੁਹਾਨੂੰ ਦੱਸ ਦੇਣਾ। ਸਕਿੱਪ ਦਾ ਡਿਸ਼ਿਜ਼ ਇੱਕ ਕੋਰੀਅਰ ਐਪ ਹੁੰਦੀ ਹੈ, ਤੁਸੀਂ ਉਹ ਡਾਊਨਲੋਡ ਕਰਨੀ ਆ, ਉਹਦੇ ਵਿੱਚ ਤੁਹਾਡੇ ਡਾਕੂਮੈਂਟਸ ਵਗੈਰਾ ਅਪਲੋਡ ਕਰਨੇ ਹੁੰਦੇ, ਤੁਹਾਡੀ ਕਾਰ ਹੋ ਗਈ, ਇੰਸ਼ੋਰੈਂਸ ਲਾਇਸੈਂਸ ਅਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਗਿਆ, ਅਤੇ ਉਹਦੇ ਤੋਂ ਬਾਅਦ ਉਹਦੇ ਵਿੱਚ ਦੋ ਫੀਸਾਂ ਹੁੰਦੀਆਂ ਨੇ ਜਿਹੜੀਆਂ ਮੇਜਰ ਹੁੰਦੀਆਂ ਨੇ, 59.95 ਹੁੰਦੇ ਵਾ ਬੈਗ ਦੀ ਫੀਸ, ਅਤੇ ਉਹਦੇ ਤੋਂ ਬਾਅਦ 19.95 ਹੁੰਦਾ ਤੁਹਾਡਾ ਬੈਕਗਰਾਊਂਡ ਚੈੱਕ, ਕ੍ਰਿਮੀਨਲ ਰੈਕੋਰਡ ਚੈੱਕ ਜਿਹਨੂੰ ਕਹਿੰਦੇ ਆ, ਅਤੇ ਇਹਨਾਂ ਦੋ ਫੀਸਾਂ ਤੋਂ ਬਾਅਦ ਤੁਹਾਡਾ ਬੈਗ ਘੱਟੋ ਘੱਟ ਮੇਰੇ ਇੱਥੇ 2.5 ਮਹੀਨੇ ਬਾਅਦ ਬੈਗ ਆਇਆ ਸੀ, ਪਰ ਤੁਸੀਂ ਸ਼ਿਫਟ ਜਦੋਂ ਤੁਹਾਡਾ ਬੈਗ ਤੁਹਾਡੀ ਤੁਸੀਂ ਆਰਡਰ ਕਰ ਦਿੰਦੇ ਹੋ ਤੁਸੀਂ ਸ਼ਿਫਟ ਚੱਕ ਸਕਦੇ ਹੋ, ਪਰ ਸ਼ਿਫਟਾਂ ਤੁਸੀਂ ਨਾ ਚੱਕਿਓ ਕਿਉਂਕਿ ਤੁਹਾਡੇ ਕੋਲ ਬੈਗ ਨਹੀਂ ਹੋਣਾ, ਤਾਂ ਵੇਟ ਕਰਿਓ ਬੈਗ ਦੀ, ਤੁਸੀਂ ਬੈਗ ਕਿਤੋਂ ਵੀ ਲੈ ਸਕਦੇ ਹੋ, ਤੁਹਾਡਾ ਜ਼ਰੂਰੀ ਨਹੀਂ ਵੀ ਤੁਸੀਂ ਉੱਥੇ ਲੈਣਾ ਨਾ, ਤੁਸੀਂ ਔਨਲਾਈਨ ਕਿਤੋਂ ਵੀ ਬੈਗ ਲੈਣਾ, ਪਰ ਹਾਂ ਤੁਸੀਂ ਫੋਟੋ ਅਪਲੋਡ ਕਰਨੀਆਂ ਹੁੰਦੀਆਂ ਨੇ ਉੱਥੇ ਕੋਰੀਅਰ ਐਪ ਦੇ ਵਿੱਚ, ਤਾਂ ਕਿ ਉਹ ਵੈਰੀਫਾਈ ਕਰ ਸਕਣ ਕਿ ਇਹ ਬੈਗ ਤੁਹਾਡੇ ਇਨਫ ਸਾਈਜ਼ ਦੇ ਆ, ਤੁਸੀਂ ਇਹਦੇ ਨਾਲ ਡਿਲੀਵਰ ਕਰ ਸਕਦੇ ਹੋ ਫੂਡ। ਜਦੋਂ ਤੁਸੀਂ ਫੋਟੋਜ਼ ਅਪਲੋਡ ਕਰਤੀਆਂ ਉੱਥੇ ਤਾਂ ਉਹ ਤੁਹਾਨੂੰ ਕਹਿ ਦੇਣਗੇ ਵੀ ਹਾਂ ਤੁਸੀਂ ਕ੍ਰੀਏਟ ਕਰ ਸਕਦੇ, ਤੁਸੀਂ ਆਪਣੀ ਅਵੇਲੇਬਿਲਿਟੀ ਪਾਓ, ਸ਼ਿਫਟਾਂ ਤੁਸੀਂ ਲੈ ਸਕਦੇ ਹੋ ਅਤੇ ਸਟਾਰਟ ਕਰ ਸਕਦੇ ਹੋ ਰਾਈਟ ਅਵੇ। ਥਰਡ ਗੱਲ ਮੈਂ ਕਰੂੰਗਾ ਇਹਦੇ ਬੈਨੀਫਿਟਸ ਦੀ, ਇਹਦੇ ਵਿੱਚ ਕਾਫੀ ਬੈਨੀਫਿਟਸ ਨੇ। ਜੇ ਤੁਸੀਂ ਆਪਣੀ ਜਦੋਂ ਤੁਸੀਂ ਕੰਮ ਕਰਨ ਲੱਗ ਗਏ, ਤੁਸੀਂ ਦੇਖੋਗੇ ਐਕਸਕਲੂਸਿਵ ਆਫਰ ਦਾ ਇੱਕ ਆਪਸ਼ਨ ਹੁੰਦੀ ਹੈ ਤੁਹਾਡੀ ਪ੍ਰੋਫਾਈਲ ਦੇ ਵਿੱਚ ਜਾ ਕੇ, ਉਹਦੇ ਵਿੱਚ ਤੁਸੀਂ ਦੇ ਸਕਦੇ ਹੋ ਕਿ 40% ਤੁਹਾਨੂੰ ਡਿਸਕਾਊਂਟ ਮਿਲਦਾ HR ਬਲੋਕ ਵਾਲਿਆਂ ਤੋਂ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਵਾ, ਅਤੇ ਇੱਕ ਦੋ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਆਇਲ ਚੇਂਜ ਕਰਦੀਆਂ ਨੇ, ਉਹਦੇ ਤੋਂ $15-20 ਦੇ ਵਿੱਚ ਵਿੱਚ ਤੁਹਾਨੂੰ ਆਫ ਉੱਥੋਂ ਪਰ ਟਾਈਮ ਮਿਲਦਾ ਜਦੋਂ ਤੁਸੀਂ ਪਰ ਵਿਜ਼ਿਟ ਜਾਂਦੇ ਹੋ ਆਇਲ ਚੇਂਜ ਕਰਵਾਉਣ। ਅਤੇ ਇੱਕ ਰੋਜਰਸ ਕੰਪਨੀ ਆ ਆਪਣੇ ਨੈਟਵਰਕ ਫੋਨ ਦੀ, ਅਤੇ ਤੁਸੀਂ ਜੇ ਤੁਸੀਂ ਰੋਜਰਸ ਨਾਲ ਜਾਂਦੇ ਹੋ ਤਾਂ ਤੁਹਾਨੂੰ $80 ਵਾਲਾ ਪਲੈਨ, $80 ਬਿਫੋਰ ਟੈਕਸਿਸ, ਉਹ ਤੁਹਾਨੂੰ 59 point something ਦੇ ਨਾਲ 20 GB ਡਾਟਾ ਦੇ ਨਾਲ ਉਹ ਮਿਲ ਜਾਂਦਾ ਵਾ, ਉਹ ਵੀ ਡਿਸਕਾਊਂਟ ਮਿਲਦਾ ਕਿਉਂਕਿ ਇੰਟਰਨੈਟ ਦੀ ਤੁਹਾਨੂੰ ਲੋੜ ਤਾਂ ਪੈਣੀ ਹੀ ਪੈਣੀ ਆ ਤੁਹਾਡੇ ਫੋਨ ਵਿੱਚ, ਤੁਹਾਨੂੰ ਤੁਸੀਂ ਡਿਲੀਵਰੀਆਂ ਕਰਨੀਆਂ, ਐਡਰੈਸ ਵਗੈਰਾ ਦੇਖਣੇ ਨੇ, ਬਿਨਾਂ ਨੈੱਟ ਤੋਂ ਬਿਨਾਂ ਇੰਟਰਨੈਟ ਤੋਂ ਤੁਹਾਡੀ ਐਪ ਚੱਲਣੀ ਨਹੀਂ। ਸੋ ਇਹ 3-4 ਬੈਨੀਫਿਟ ਨੇ ਜਿਹੜੇ ਕਿ ਬਹੁਤ ਹੈਲਪਫੁਲ ਹੁੰਦੇ ਨੇ ਵਾਲ ਤੁਸੀਂ ਡਰਾਈਵਿੰਗ ਕਰਦੇ ਹੋ। ਅਤੇ ਫੋਰਥ ਗੱਲ ਕਰੂੰਗਾ ਮੈਂ ਟੈਕਸਿਸ ਦੀ, ਤੁਸੀਂ ਭੁੱਲ ਨਹੀਂ ਸਕਦੇ ਟੈਕਸ ਹਰੇਕ ਸਾਲ ਤੁਸੀਂ ਕਰਨਾ ਵਾ ਫਾਈਲ, ਅਤੇ 2-4 ਟਿਪਸ ਅਤੇ ਰਿਕਮੈਂਡੇਸ਼ਨ ਦੱਸੂਗਾ ਮੈਂ ਤੁਹਾਨੂੰ ਜੇ ਤੁਸੀਂ ਸਟਾਰਟ ਹੀ ਕਰ ਰਹੇ ਹੋ। ਤੁਸੀਂ ਹਰੇਕ ਸਾਲ ਆਪਣੀ 1 January ਨੂੰ ਕਿਸੇ ਵੀ ਸਾਲ ਈਅਰ ਦੇ ਵਿੱਚ ਆਪਣੇ ਆਟੋਮੀਟਰ ਦੀ ਰੀਡਿੰਗ ਲੈਣੀ ਆ, ਆਪਣੇ ਕਿਲੋਮੀਟਰਸ ਕਿੰਨੇ ਆ ਤੁਹਾਡੇ ਕਾਰ ਦੇ ਉੱਤੇ। ਉਸ ਤੋਂ ਬਾਅਦ ਤੁਸੀਂ ਨੋਟ ਕਰੋ ਆਪਣੇ ਕਿਲੋਮੀਟਰਸ ਜਦੋਂ ਤੁਸੀਂ ਸਟਾਰਟ ਕਰਦੇ ਹੋ, ਅਤੇ ਆਪਣੇ ਕਿੰਨੇ ਕਿਲੋਮੀਟਰ ਤੁਹਾਡੇ ਹੈਗੇ ਆ ਸ਼ਿਫਟ ਸਟਾਰਟ ਕਰਨ ਤੋਂ ਪਹਿਲਾਂ, ਸ਼ਿਫਟ ਸਟਾਰਟ ਕਰਨ ਤੋਂ ਬਾਅਦ ਕਿੰਨੇ ਕਿਲੋਮੀਟਰ ਤੁਸੀਂ ਯੂਜ਼ ਕੀਤੇ ਆ। ਤੁਸੀਂ ਕਾਪੀ 'ਤੇ ਲਿਖ ਸਕਦੇ ਹੋ, 2-4 ਐਪਸ ਵੀ ਆਉਂਦੀਆਂ ਨੇ, ਉਹਨਾਂ 'ਤੇ ਮੈਂ ਲਿੰਕਸ ਪਾ ਦੂੰਗਾ ਵਿੱਚ ਇੱਥੇ, ਤੁਸੀਂ ਐਪਸ ਵੀ ਡਾਊਨਲੋਡ ਕਰ ਸਕਦੇ ਹੋ ਫੋਨ ਦੇ ਵਿੱਚ, ਉਹ ਤੁਹਾਡੀਆਂ ਟਰੈਕ ਕਰਦੇ ਨੇ ਕਿਲੋਮੀਟਰ ਜਦੋਂ ਤੁਸੀਂ ਟਰੈਵਲ ਕਰਦੇ ਹੋ। ਤੀਸਰੀ ਗੱਲ ਇਸੇ ਟੈਕਸ ਦੇ ਵਿੱਚ ਮੈਂ 2-4 ਗੱਲਾਂ ਹੋਰ ਐਡ ਕਰਨਾ ਚਾਹੂੰਗਾ ਕਿ ਤੁਸੀਂ ਜੋ ਵੀ ਐਕਸਪੈਂਸਿਸ ਤੁਸੀਂ ਲਾਉਂਦੇ ਆ ਆਪਣੀ ਕਾਰ ਦੇ ਉੱਤੇ, ਚਾਹੇ ਤੁਸੀਂ ਵਿੰਟਰ ਟਾਇਰ ਚੇਂਜ ਸੀਜ਼ਨ ਚੇਂਜ ਦੇ ਵਿੱਚ ਟਾਇਰ ਚੇਂਜ ਕਰਵਾਏ ਆ, ਤੁਸੀਂ ਆਇਲ ਚੇਂਜ ਕਰਵਾਇਆ ਵਾ, ਜਾਂ ਤੁਹਾਡੇ ਗੈਸ ਦੇ ਐਕਸਪੈਂਸਿਸ ਆ, ਉਹ ਚੀਜ਼ਾਂ ਨੇ ਤੁਸੀਂ ਸਾਰੀਆਂ ਆਪਾਂ ਤੁਸੀਂ ਉਹਦੇ ਵਿੱਚ ਉਹਦੀ ਸਲਿਪਸ ਰੱਖਣੀਆਂ ਨੇ, ਤਾਂ ਕਿ ਜੋ ਤੁਸੀਂ ਟੈਕਸ ਫਾਈਲ ਕਰਨਾ ਵਾ ਤੁਸੀਂ ਉਹ ਚੀਜ਼ਾਂ
ਤੁਸੀਂ ਉਹਦੇ ਵਿੱਚ ਦਿਖਾ ਸਕੋ। ਉੱਥੇ ਇੱਕ ਗੱਲ ਹੋਰ, ਜੇ ਟਰਾਈ ਕਰਿਓ ਕਿ ਜਿੰਨੀ ਤੁਸੀਂ ਇਨਕਮ ਅਰਨਿੰਗ ਕਰਦੇ ਹੋ, ਮੰਨ ਲਓ ਤੁਸੀਂ $12,000 ਸਾਲ ਦਾ ਕਮਾਇਆ ਵਾ, ਤਾਂ ਟਰਾਈ ਕਰੋ $3,000-4,000 ਸਾਈਡ 'ਤੇ ਰੱਖਣ ਦਾ, ਤਾਂ ਕਿ ਤੁਹਾਨੂੰ ਐਂਡ ਦੇ ਉੱਤੇ ਜੇ ਤੁਸੀਂ ਦੋ ਜੋਬ ਕਰਦੇ ਹੋ ਫੁੱਲ ਟਾਈਮ ਕਿਤੇ ਹੋਰ ਵੀ ਕਰ ਰਹੇ ਹੋ, ਅਤੇ ਤੁਸੀਂ ਤੁਹਾਨੂੰ ਮੇਬੀ ਹੋ ਸਕਦਾ ਪੋਸੀਬਲ ਕਿ ਤੁਹਾਨੂੰ ਵਾਪਸ ਦੇਣੇ ਪੈ ਜਾਣ, ਤੁਹਾਨੂੰ ਰੀਫੰਡ ਨਾ ਆਵੇ ਕੋਈ, ਫਿਰ ਤੁਸੀਂ ਉਹਨਾਂ ਨੂੰ ਪੈਸੇ ਉਹ ਕਰਦੇ ਹੋ ਤਾਂ ਤੁਹਾਨੂੰ ਦੇਣੇ ਪੈਣ, ਅਤੇ ਉਹ ਤੁਸੀਂ ਗੱਲਾਂ ਜ਼ਰੂਰ ਦਿਮਾਗ ਦੇ ਵਿੱਚ ਰੱਖਣੀਆਂ ਨੇ। ਅਤੇ ਕਈ ਤੁਸੀਂ ਫੋਨ ਵੀ ਲੈ ਸਕਦੇ ਹੋ ਜੇ ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਮੈਂ ਨਵਾਂ ਫੋਨ ਸਿਰਫ, ਪਰ ਉਹ ਪਰੂਫ ਕਰਨਾ ਬਹੁਤ ਔਖਾ ਹੋ ਜਾਂਦਾ ਵਾ ਸਕਿੱਪ ਦਾ ਡਿਸ਼ਿਜ਼ ਦੇ ਵਿੱਚ ਕਿ ਤੁਸੀਂ ਕਿੰਨੇ ਪਰਸੈਂਟ ਇਹਦਾ ਪ੍ਰਪੋਰਸ਼ਨ ਹੁੰਦਾ ਵਾ, ਕਿਉਂਕਿ ਤੁਸੀਂ ਫੋਨ ਸਿਰਫ ਡਿਲੀਵਰੀ ਨਹੀਂ ਕਰਨ ਲਈ ਨਹੀਂ ਯੂਜ਼ ਕਰਦੇ, ਤੁਸੀਂ ਇੰਟਰਨੈਟ ਸਿਰਫ ਡਿਲੀਵਰੀ ਯੂਜ਼ ਕਰਨ ਲਈ, ਤੁਸੀਂ ਹੋਰ ਵੀ ਆਪਣੇ ਪਰਸਨਲ ਯੂਜ਼ ਲਈ ਵੀ ਕਰਦੇ ਹੋ, ਤਾਂ ਇਹ ਤੁਹਾਨੂੰ ਪਰੂਫ ਕਰਨਾ ਪੈਂਦਾ ਹੁੰਦਾ ਵਾ ਵੀ ਕਿੰਨੇ ਪ੍ਰਪੋਰਸ਼ਨ ਪਰੂਫ ਕਰਨਾ ਪੈਣਾ ਕਿ ਕਿੰਨੇ ਪਰਸੈਂਟ ਤੁਸੀਂ ਸਿਰਫ ਸਕਿੱਪ ਲਈ ਕਰ ਰਹੇ ਹੋ ਉਹ ਚੀਜ਼। ਅਤੇ ਜੇ ਤੁਸੀਂ ਗੱਡੀ ਲਈ ਇਸੇ ਤਰ੍ਹਾਂ ਗੱਡੀ ਨਾਲ ਤੁਹਾਨੂੰ ਪ੍ਰਪੋਰਸ਼ਨ ਉਹ ਪਰੂਫ ਕਰਨਾ ਪੈਣਾ ਵਾ, ਉਹ ਪਰੂਫ ਦੇਣਾ ਪੈਣਾ ਵਾ ਕਿ ਤੁਸੀਂ ਕਿੰਨੇ, ਜਿਵੇਂ ਮੰਨ ਲਓ ਹੁਣ ਤੁਸੀਂ ਕਿੰਨੇ ਘੰਟੇ ਦਿਨ ਦੇ ਵਿੱਚ ਉਹ ਗੱਡੀ ਸਿਰਫ ਸਕਿੱਪ ਲਈ ਯੂਜ਼ ਕਰਦੇ ਹੋ, ਉਹ ਚੀਜ਼ਾਂ ਨੇ ਬਹੁਤ ਘੱਟ ਰੇਅਰਲ ਮਿਲਦੇ ਆ, ਉਹਦੇ ਕ੍ਰੈਡਿਟਸ ਆਪਾਂ ਨੂੰ ਅਤੇ ਇੰਸ਼ੋਰੈਂਸ ਵੀ ਸਿਰਫ ਇੱਦਾਂ ਹੀ ਆ। ਅਤੇ ਬਸ ਇਹਦੇ ਤੋਂ ਬਿਨਾਂ ਆਈ ਡੋਂਟ ਥਿੰਕ ਸੋ ਯੂ ਨੀਡ ਟੂ ਵਰੀ ਅਬਾਊਟ ਐਨੀਥਿੰਗ ਐਲਸ। ਦੋ ਚਾਰ ਮੈਂ ਐਡੀਸ਼ਨਲ ਟਿਪਸ ਦੱਸਣਾ ਚਾਹੂੰਗਾ ਤੁਹਾਨੂੰ, ਜਦੋਂ ਮੰਨ ਲਓ ਤੁਹਾਨੂੰ ਆਰਡਰ ਆਉਂਦਾ ਵਾ ਮਿਨੀਮਮ $6.50 ਦਾ ਡੋਲਰ ਤੁਹਾਨੂੰ ਸਕਿੱਪ ਦਾ ਡਿਸ਼ਿਜ਼ 'ਤੇ ਮਿਲਦਾ ਵਾ, ਜੇ ਤੁਹਾਡੀ ਮਿਨੀਮਮ ਅਸੈਪਟੈਂਸ ਰੇਟ ਤੁਹਾਡੀ 80% ਆ, ਜੇ ਤੁਹਾਡੀ 80% ਤੋਂ ਘੱਟ ਆ ਤਾਂ ਉਹ ਤੁਹਾਨੂੰ 399 ਦੇ ਵੀ ਆਰਡਰ ਆ ਸਕਦੇ ਨੇ। ਸੋ ਤੁਸੀਂ ਮੇਨਟੇਨ ਕਰਕੇ ਰੱਖਣੀ ਆ ਆਪਣੀ ਅਸੈਪਟੈਂਸ ਰੇਟ, ਜਿਹੜੀ ਕਿ ਲਾਸਟ 10 ਆਰਡਰਸ 'ਤੇ ਬੇਸ ਹੁੰਦੀ ਆ, ਜਿਹੜੀ ਇਹ ਮੈਂ ਗੱਲ ਕਰਦਾ ਸਕਿੱਪ ਦੀ। ਜੇ ਤੁਸੀਂ ਗੱਲ ਕਰੋ ਡੋਰ ਡੈਸ਼ ਦੀ, ਡੋਰ ਡੈਸ਼ ਦੀ ਅਸੈਪਟੈਂਸ ਰੇਟ ਮੈਟਰ ਨਹੀਂ ਕਰਦੀ, ਉਹਦੇ $4 ਮਿਨੀਮਮ ਆਉਣੇ ਹੀ ਆਉਣੇ ਆ, ਅਤੇ ਉਹਦੀ ਚਾਹੇ ਤੁਹਾਡੀ ਅਸੈਪਟੈਂਸ ਰੇਟ 10 ਆ, ਚਾਹੇ 12 ਵਾਂ, ਚਾਹੇ 80% ਆ, ਡਜ਼ਨਟ ਮੈਟਰ, ਪਰ ਉਹਦੀ ਜਿਹੜੀ ਅਸੈਪਟੈਂਸ ਰੇਟ ਆ ਲਾਸਟ 100 ਆਰਡਰਸ 'ਤੇ ਮੈਟਰ ਕਰਦੀ ਆ, ਤਾਂ ਉਹਦੇ ਵਿੱਚ ਮੇਨਟੇਨੈਂਸ ਆਪਣੀ ਕਰਨੀ, ਜਿਹੜੀ ਅਸੈਪਟੈਂਸ ਰੇਟ ਆ ਮੇਨਟੇਨ ਕਰਨੀ ਔਖੀ ਆ ਐਜ਼ ਕੰਪੇਅਰ ਟੂ ਸਕਿੱਪ ਦਾ ਡਿਸ਼ਿਜ਼, ਕਿਉਂਕਿ ਇਹ ਲਾਸਟ 10 ਆਰਡਰਸ 'ਤੇ ਹੁੰਦੀ ਆ ਡਿਪੈਂਡ, ਅਤੇ ਇਹਦਾ ਜਿਹੜਾ ਮਿਨੀਮਮ ਰੇਟ ਆ ਉਹ ਵੀ ਜ਼ਿਆਦਾ ਵਾ ਇੱਥੇ। ਅਤੇ ਜੇ ਤੁਸੀਂ ਮੰਨ ਲਓ, ਇੱਕ ਦੋ ਗੱਲਾਂ ਹੋਰ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੂੰਗਾ ਜਿਹੜੀਆਂ ਕਿ ਮੈਂ ਆਪ ਫੇਸ ਕੀਤੀਆਂ ਨੇ। ਮੇਰੀ ਅਸੈਪਟੈਂਸ ਰੇਟ 80% ਸੀਗੀ, 2 ਆਰਡਰ ਆਏ ਸੀ ਮੈਨੂੰ, ਇੱਕ ਮੈਨੂੰ ਆਇਆ ਸੀ ਆਰਡਰ $7 ਦਾ ਸੀਗਾ, ਉਹ 15 ਕਿਲੋਮੀਟਰ ਸੀ, ਮੈਂ ਰਿਜੈਕਟ ਕਰਤਾ, ਅਗੇਨ ਅਗਲਾ ਆਰਡਰ ਨਾਲ ਹੀ ਆ ਗਿਆ ਮੈਨੂੰ $8 ਦਾ, ਅਤੇ ਉਹ ਵੀ 15 ਕਿਲੋਮੀਟਰ 16 ਕਿਲੋਮੀਟਰ ਦਾ ਸੀਗਾ, ਉਹ ਵੀ ਮੈਂ ਰਿਜੈਕਟ ਕਰਤਾ। ਉਹ ਤੋਂ ਬਾਅਦ ਮੇਰੀ 80% ਹੋ ਗਈ ਅਸੈਪਟੈਂਸ ਰੇਟ, ਕਿਉਂਕਿ 2 ਮੈਂ ਡਿਕਲਾਈਨ ਕਰਤੇ 100% ਸੀਗੀ। ਅਤੇ ਉਸ ਤੋਂ ਬਾਅਦ ਮੈਨੂੰ ਇੱਕ ਆਰਡਰ ਆਇਆ $7 ਦਾ ਅਗੇਨ, ਉਹ 11 ਕਿਲੋਮੀਟਰ, ਉਹ ਮੈਂ ਰਿਜੈਕਟ ਨਹੀਂ ਸੀ ਕਰ ਸਕਦਾ, ਕਿਉਂਕਿ ਮੇਰਾ ਡਿਸੀਜ਼ਨ ਸੀ, ਤੁਸੀਂ ਆਪ ਵੀ ਡਿਸੀਜ਼ਨ ਲੈ ਸਕਦੇ ਹੋ, ਮੇਰਾ ਡਿਸੀਜ਼ਨ ਸੀ ਕਿ ਮੈਂ ਰਿਜੈਕਟ ਨਾ ਕਰਾਂ, ਫਿਰ ਮੈਨੂੰ ਉਹ ਕਰਨਾ ਪਿਆ, ਕਿਉਂਕਿ ਮੈਂ ਉਸ ਪੁਆਇੰਟ 'ਤੇ ਖੜਾ ਸੀ ਕਿ ਮੈਂ ਜੇ ਉਹਦੇ ਤੋਂ ਥੱਲੇ ਜਾਂਦਾ ਤਾਂ ਮੇਰਾ ਫਿਰ ਮਿਨੀਮਮ ਰੇਟ ਜਿਹੜਾ ਮੇਰਾ ਪਰ ਆਰਡਰ ਆ ਉਹ ਘੱਟ ਜਾਣਾ ਸੀ। ਅਤੇ ਕਈ ਵਾਰ ਮਿਨੀਮਮ ਆਰਡਰ ਵੀ ਵਧੀਆ ਮਿਲ ਜਾਂਦੇ ਨੇ ਤੁਹਾਨੂੰ, ਜੇ ਟਿਪ ਕਸਟਮਰ ਨੇ ਵਧੀਆ ਦਿੱਤੀ ਆ, ਡਜ਼ਨ ਵੀ ਮਤਲਬ ਇਹ ਜ਼ਰੂਰੀ ਨੀਗਾ ਕਿ ਤੁਹਾਨੂੰ $399 ਦਾ ਹੀ ਡੋਲਰ ਮਿਲੂਗਾ ਆਰਡਰ, ਜੇ ਤੁਹਾਡੀ ਅਸੈਪਟੈਂਸ ਰੇਟ 80% ਤੋਂ ਘੱਟ ਆ। ਤਾਂ ਇਹ ਕੁਛ ਕੁ ਟਿਪਸ ਸੀਗੀਆਂ, ਆਈ ਹੋਪ ਤੁਹਾਨੂੰ ਹੈਲਪਫੁਲ ਹੋਣਗੀਆਂ। ਜੇ ਤੁਹਾਡਾ ਕੋਈ ਵੀ ਕੁਸ਼ਚਨ ਆ ਕਿਸੇ ਵੀ ਰਿਲੇਟਡ, ਡੋਰ ਡੈਸ਼, ਸਕਿੱਪ ਦਾ ਡਿਸ਼, ਉਬਰ ਈਟਸ, ਐਨੀਥਿੰਗ, ਜਸਟ ਲੈਟ ਮੀ ਨੋ ਇਨ ਦਾ ਕਮੈਂਟ ਬਾਕਸ, ਆਈ ਵੁੱਡ ਗੈਟ ਬੈਕ ਟੂ ਯੂ ਐਜ਼ ਸੂਨ ਐਜ਼ ਪੋਸੀਬਲ। ਥੈਂਕਸ ਫੋਰ ਵਾਚਿੰਗ ਦਾ ਵੀਡੀਓ ਟੂ ਦਾ ਐਂਡ, ਆਈਲ ਸੀ ਯੂ ਨੈਕਸਟ ਵੀਕ ਵਿਦ ਅਨਦਰ ਵੀਡੀਓ।